ਦਿੱਲੀ ਸਪੈਸ਼ਲ ਸੈੱਲ ਨੇ ਬਰਾਮਦ ਕੀਤੀ ਸੀਗੀ ਜੀ। ਉਹ ਤਾਂ ਮੇਨ ਕਿੰਗ ਪਿੰਨ ਜਿਹੜਾ ਸੀਗਾ ਉਹ ਨਵਪ੍ਰੀਤ ਕਰਕੇ ਇੱਕ ਵਿਅਕਤੀ ਹੈ ਜਿਹੜਾ ਟਰਕੀ 'ਚ ਬੈਠਾ ਹੈ, ਬਿਆਸ ਦਾ ਓਰੀਜਨਲੀ ਰਹਿਣ ਵਾਲਾ। ਇਹ ਕਾਫੀ ਵੱਡੇ ਪੱਧਰ 'ਤੇ ਕੰਮ ਕਰ ਰਿਹਾ ਸੀਗਾ। ਉਹਦੇ ਉਸ ਟਾਈਮ 'ਤੇ ਵੀ ਫੋਰਵਰਡ ਬੈਕਵਰਡ ਲਿੰਕੇਜਸ ਨਿਕਲੇ ਸੀਗੇ। ਨੰਬਰ 2 ਪਿਛਲੇ ਸਾਲ 5-6 ਮਹੀਨੇ ਪਹਿਲਾਂ ਜੇ ਐਂਡ ਕੇ ਪੁਲਿਸ ਨੇ ਰਾਮਮਨ 30 ਕਿਲੋ ਹੀਰੋਇਨ ਬਰਾਮਦ ਕੀਤੀ ਸੀ, ਜਿਹਦਾ ਲਿੰਕ ਜਿਹੜਾ ਨਿਕਲਿਆ ਸੀਗਾ ਫਗਵਾੜੇ ਦਾ ਇੱਕ ਓਰੀਜਨਲੀ ਬੰਗੇ ਦਾ ਪਰਿਵਾਰ ਫਗਵਾੜੇ 'ਚ 5 ਕਰੋੜ ਰੁਪਇਆ ਡਰੱਗ ਮਨੀ ਰਿਕਵਰ ਹੋਇਆ ਸੀਗਾ। ਮਨਪ੍ਰੀਤ ਕਰਕੇ ਇੱਕ ਮੁੰਡਾ ਹੈ, ਉਹ ਅਰੈਸਟ ਹੋਇਆ ਸੀ। ਇਹ ਤਾਂ ਮੈਂ ਬੈਕਗਰਾਊਂਡ ਦੱਸ ਰਿਹਾ। ਹੁਣ ਜਿਹੜੇ 3 ਵਿਅਕਤੀ ਜਿਹੜੇ ਫੜੇ ਗਏ ਹੈ, ਇਹਦੇ 'ਚ ਇੱਕ ਸਤਨਾਮ ਹੈ, ਇਹਦਾ ਰਿਸ਼ਤੇਦਾਰ ਹੈ ਹਰਦੀਪ, ਅਤੇ ਹੋਰ ਇਹਦੇ ਰਿਸ਼ਤੇਦਾਰ ਇੱਕ ਅਮਨ ਕਰਕੇ ਇੱਕ ਲੇਡੀ ਹੈ। 2 ਮੇਜਰ ਕਨਸਾਈਨਮੈਂਟਸ ਜਿਹੜੀਆਂ ਅਲੱਗ ਅਲੱਗ ਰੂਟਸ ਤੋਂ ਜਿਹੜੀ ਆਈ ਸੀਗੀਆਂ ਉਹ ਰਿਕਵਰ ਹੋਈਆਂ। ਇੱਕ ਜਿਹੜੀ ਸੀਗੀ ਉਹ ਜੇ ਐਂਡ ਕੇ ਤੋਂ ਆਈ ਸੀਗੀ ਜੀ, ਜਿਹੜੀ ਕੋਈ 8 ਕਿਲੋ ਦੇ ਕਰੀਬ ਹੈ, ਅਤੇ ਬਾਕੀ 40 ਕਿਲੋ ਜਿਹੜੀ ਉਹ ਲੈਂਡ ਰੂਟ ਤੋਂ ਗੁਜਰਾਤ ਤੋਂ ਆਈ ਸੀਗੀ ਜੀ। ਅਤੇ ਪ੍ਰਿਲਿਮਨਰੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ 'ਚ ਇਹ ਪਤਾ ਲੱਗਿਆ ਹੈ, ਟੈਕਨੀਕਲ ਡਾਟਾ ਵੀ ਸਾਡੇ ਕੋਲ ਜਿਹੜਾ ਹੈ, ਕਿ ਈਰਾਨ ਤੋਂ ਕੁਛ ਫਾਈਨੈਂਸਰ ਅਤੇ ਡਰੱਗ ਸਮਗਲਰਸ ਈਰਾਨ 'ਚ ਬੈਠੇ ਹੋਏ, ਇਹ ਆਪਣੇ ਔਰਡਰਸ ਵਗੈਰਾ ਜਿਹੜਾ ਦਿੰਦੇ ਆ ਉਹ ਅਫਗਾਨਿਸਤਾਨ ਦਿੰਦੇ, ਅਤੇ ਇਸ ਰੂਟ ਰਾਹੀਂ ਪੰਜਾਬ ਰੂਟ ਰਾਹੀਂ ਇਹ ਕੈਨੇਡਾ ਵਾਇਸੀ ਰੂਟ, ਕੈਨੇਡਾ ਅਤੇ ਬਾਕੀ ਯੂਰੋਪੀਅਨ ਕੰਟਰੀਜ਼ 'ਚ ਇਹ ਜਾਂਦੇ ਸੀ ਵਾਇਸੀ ਰੂਟ। ਠੀਕ ਹੈ ਜੀ, ਹੋਰ ਕਿਸੇ ਨੂੰ ਕੋਈ ਕੁਸ਼ਚਨ ਹੈ ਤਾਂ ਪੁੱਛ ਲਓ। ਆਪਸ 'ਚ ਰਿਸ਼ਤੇਦਾਰ ਨੇ, ਇੱਕ ਹੀ ਜਗ੍ਹਾ 'ਚ ਰਹਿਣ ਵਾਲੇ ਜੀ ਜੀ। ਜੇ ਐਂਡ ਕੇ ਸੀ ਰੂਟ ਤੋਂ ਜੀ ਜੀ ਜੀ, ਉਹ ਸੀ ਰੂਟ ਤੋਂ ਆਇਆ ਜੀ। ਹਾਂਜੀ ਹਾਂਜੀ, ਬਾਏ ਰੋਡ ਆਇਆ ਜੀ। ਲਿਆਉਣ ਵਾਲਾ ਵੀ ਆਈਡੈਂਟੀਫਾਈ ਹੋ ਗਏ, ਬਾਕੀ ਹੁਣ ਤੱਕ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਦਿੱਤੀ ਹੋ ਗਿਆ ਨਾ, ਇਹਨਾਂ ਤੋਂ ਨਹੀਂ। ਹਾਂਜੀ, ਇਹਨਾਂ ਦੇ ਸਾਥੀ ਆਈਡੈਂਟੀਫਾਈ ਹੋ ਗਿਆ ਤੁਹਾਨੂੰ, ਇੱਥੋਂ ਹੀ ਰਿਕਵਰ ਨਹੀਂ, ਅਲੱਗ ਅਲੱਗ ਜਗ੍ਹਾ ਤੋਂ। ਰਿਸ਼ਤੇਦਾਰ ਹੈ ਆਪਸ 'ਚ, ਇੱਕ ਤਾਂ ਜਿਹੜਾ ਕੁੜੀ ਹੈ ਸਤਨਾਮ ਉਹਦਾ ਫਾਦਰ ਹੈ, ਅਤੇ ਉਹਦਾ ਜਵਾਈ ਹੈ, ਇੱਕ ਹੀ ਫੈਮਿਲੀ ਹੈ, ਰਹਿੰਦੇ ਅਲੱਗ ਅਲੱਗ ਸੀ ਲੇਕਿਨ ਫੈਮਿਲੀ ਸੀ। 48 ਕਿਲੋ ਤੋਂ ਜ਼ਿਆਦਾ ਸੀਗੀ ਜੀ, ਇਹ ਤੁਹਾਨੂੰ ਦੱਸ ਦਿੱਤਾ ਜਾਏਗਾ ਨੈਕਸਟ ਜਦ ਆਪਾਂ ਬਰੀਫਿੰਗ ਕਰਾਂਗੇ। 48 ਕਿਲੋ ਤੋਂ ਕਾਫੀ ਜ਼ਿਆਦਾ ਸੀਗੀ, ਸੁਣੀ ਨੰਬਰ 1। ਨੰਬਰ 2 ਟੋਟਲ ਖੇਪ ਕਾਫੀ ਜ਼ਿਆਦਾ ਸੀਗੀ, ਕਿੰਨੀ ਸੀਗੀ ਜਦ ਫੈਕਚੁਅਲੀ ਆਈ ਵਿਲ ਬੀ ਕਰੈਕਟ, ਆਈ ਵਿਲ ਬੀ ਏਬਲ ਟੂ ਟੈਲ ਯੂ ਦੈਟ। ਜੀ ਜੀ ਜੀ, ਇਸ ਇਹਦੇ ਨਾ ਟ੍ਰਾਂਜ਼ਿਟ ਰੂਟਸ ਹੁੰਦੇ ਆ, ਟ੍ਰਾਂਜ਼ਿਟ ਰੂਟਸ ਐਸੋਸੀਏਟ ਹੈ ਜੀ। ਹਾਂਜੀ ਹਾਂਜੀ, ਇਹਨਾਂ ਦੇ ਨਾਲ ਐਸੋਸੀਏਟ ਹੈ ਨਵਪ੍ਰੀਤ ਦੇ ਹੋਰ ਵੀ ਨੈਟਵਰਕਸ ਹਨ ਜੀ। ਨਵਪ੍ਰੀਤ ਹੈ ਨਾ, ਨਵਪ੍ਰੀਤ ਲਿੰਕ ਹੈ ਜੋ, ਜਿਹੜਾ 30 ਕਿਲੋ ਹੈ ਉਹ ਤਾਂ ਡਾਇਰੈਕਟ ਇਹਨਾਂ ਦਾ ਲਿੰਕ ਹੈ, ਇਹਦਾ ਬੇਟਾ ਫੜਿਆ ਗਿਆ ਸੀਗਾ ਸਤਨਾਮ ਜੀ ਜੀ, ਜਿਹੜੀ ਜੇ ਐਂਡ ਕੇ 'ਚ ਫੜੀ ਗਈ ਸੀ, ਮਨਪ੍ਰੀਤ ਨਾਮ। ਨਹੀਂ, ਵਹੀਕਲਸ ਜਿਹੜੇ ਹੈ ਹੋਰ ਵੀ ਹੈ, ਹੋਰ ਵੀ ਇਹਨਾਂ ਦੇ ਪੇਰੋਲ 'ਚ ਹੋਰ ਵੀ ਵਹੀਕਲਸ ਹੈ, ਉਹ ਵੀ ਰਿਕਵਰ ਹੋਣਗੇ।
ਇਹ ਪਿਛਲੇ ਇੱਕ ਇੱਕ ਡੇਢ ਸਾਲ ਤੋਂ ਕਰ ਰਹੇ ਸੀ ਜੀ 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 ਕੋਈ ਫੈਮਿਲੀ ਬੈਕਗ੍ਰਾਉਂਡ ਨਹੀਂ ਮਿਡ ਆਫ ਦਾ ਫੈਮਿਲੀ ਦੇਖੋ ਇਹ ਹੋਲਸੇਲ ਟਾਈਪ ਇਹ ਲਿੰਕ ਜਿਹੜਾ ਹੈ ਇਹ ਮੇਜਰ ਲਿੰਕ ਤੇ ਮੇਜਰ ਲਿੰਕ ਬਾਹਰ ਦੀ ਹੈ ਛੇ ਮਹੀਨੇ ਪਹਿਲਾਂ ਰਾਮਬਨ ਪੁਲਿਸ ਜੇ ਐਂਡ ਕੇ ਪੁਲਿਸ ਨੇ 30 ਕਿਲੋ ਹਿਰਨ ਫੜੀ ਗਈ ਸੀਗੀ ਇਹਨਾਂ ਨੇ ਇੰਟਰਸੈਪਟ ਕੀਤੀ ਸੀਗੀ ਉਹਦੇ ਵਿੱਚੋਂ ਇੱਕ ਵਿਅਕਤੀ ਮਨਪ੍ਰੀਤ ਨਾਂ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਗਵਾੜੇ ਦਾ ਰਹਿਣ ਵਾਲਾ ਸੀਗਾ ਓਰਿਜਨਲੀ ਬੰਗੇ ਦਾ ਸੀਗਾ ਉਸ ਤੋਂ ਡਰੱਗ ਮਨੀ 5 ਕਰੋੜ ਦੇ ਕਰੀਬ ਜੇ ਐਂਡ ਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈੱਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਅਤੇ ਬੈਕਗਰਾਊਂਡ ਇਹਦਾ ਇਹ ਹੈ ਨਵਦੀਪ ਕਰਕੇ ਨਵਪ੍ਰੀਤ ਕਰਕੇ ਇੱਕ ਮੁੰਡਾ ਹੈ ਜਿਹੜਾ ਟਰਕੀ 'ਚ ਬੈਠਾ ਹੈ ਹੀ ਇਜ਼ ਦਾ ਮਾਸਟਰ ਮਾਈਂਡ ਉਹਦੇ ਲਿੰਕਸ ਜਿਹੜੇ ਹੈ ਬਾਕੀ ਅਲੱਗ ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗ ਸਮਗਲਰਸ ਹੈ ਜਿਵੇਂ ਇਰਾਨ ਹੋ ਗਿਆ ਟਰਕੀ ਖੁਦ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਅਫਗਾਨਿਸਤਾਨ ਉਹਨਾਂ ਦੇ ਨਾਲ ਹੈ ਅਤੇ ਇਹ ਵੱਡੀ ਮਾਤਰਾ 'ਚ ਹੋਲਸੇਲ ਟਾਈਪ ਦੀ ਜਿਹੜੀ ਸਮਗਲਿੰਗ ਉਹ ਕਰਦੇ ਜਿਹੜੀ ਰਿਕਵਰੀ ਹੋਈ ਹੈ ਅਤੇ 3 ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਹੈ ਉਹਨਾਂ 'ਚੋਂ ਇਸ ਆਪਸ 'ਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਰੂਟ ਸੀਗਾ ਦੈਟ ਵਾਜ ਫਰੋਮ ਜੇ ਐਂਡ ਕੇ ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ ਦੈਟ ਵਾਜ ਫਰੋਮ ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਇੱਦਾਂ ਹੁੰਦਾ ਕਿ ਇਹਨਾਂ ਨੂੰ ਟ੍ਰਾਂਜ਼ਿਟ ਰੂਟਸ ਨਹੀਂ ਮਿਲਦੇ ਅਤੇ ਅਗਰ ਖੇਪ ਵੱਡੀ ਹੋ ਤਾਂ ਉਹਨੂੰ ਛੁਪਾਉਣ ਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਅਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹ ਆਇਆ ਕਿ ਇਹ ਜਿਹੜੀ ਖੇਪ ਹੈ ਇਕੱਠੀ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀ 'ਚ ਜਾਣੀ ਸੀਗੀ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਆਇਆ ਅਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟਿਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਈਡੈਂਟੀਫਾਈ ਕਰ ਲਏ ਇਹਨਾਂ ਦਾ ਮੋਡਸ ਓਪਰੈਂਡੀ ਸਾਨੂੰ ਪਤਾ ਲੱਗ ਗਿਆ ਅਤੇ ਉਹ ਵੀ ਜਲਦੀ ਗ੍ਰਿਫਤਾਰ ਹੋ ਗਿਆ ਜੀ ਜਲੰਧਰ ਹੋਇਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਅਤੇ ਲੋਕਰ 'ਚ ਕੁਛ 20 ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜ੍ਹੀ ਦੇਰ ਪਹਿਲਾਂ ਰਿਕਵਰ ਹੋਇਆ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲੁਕਾਉਣਾ ਸੀਗਾ ਨਹੀਂ ਨਹੀਂ ਇਹ ਰਹਿਣ ਵਾਲੇ ਬੰਗੇ ਦੇ ਜੀ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹਿ ਲਓ ਨੰਬਰ 1 ਨੰਬਰ 2 ਟ੍ਰਾਂਜ਼ਿਟ ਲਈ ਇਹਨਾਂ ਨੇ ਛੁਪਾਉਣਾ ਸੀਗਾ ਇਹ ਕੋਡ ਵਰਡ ਨਹੀਂ ਜੀ ਇਹ ਪਿਓਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪੇਸ਼ਾਵਰ ਦੇ ਨੇੜੇ ਤੇੜੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਉੱਥੇ ਸਟੰਪ ਵੀ ਹੁੰਦੀ ਅੱਛਾ ਇਹ ਜਿਹੜੇ 3 ਹੈਗੇ ਨੇ ਇਹ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਨਾਂ ਦਾ ਲਿੰਕ ਦੇ ਵਿੱਚ ਨਹੀਂ ਜਾਂ ਫਿਰ ਇਹ ਸਪਲਾਇਰ ਨਹੀਂ ਜੀ ਇਹ ਸਭ ਦਾ ਆਪਸ 'ਚ ਲਿੰਕ ਹੁੰਦਾ
ਇੱਕ ਮੇਨ ਬੰਦਾ ਹੁੰਦਾ ਜੀ, ਉਸ ਤੋਂ ਬਾਅਦ ਅੱਗੇ ਉਹ ਨੀਟੂ ਨੂੰ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ, ਹਾਇਰ ਵੀ ਕਰਦਾ, ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ। ਮੈਂ ਦੱਸਦਾ ਨਵਨੀਤ ਨਹੀਂ, ਕੋਰੀਅਰ ਵੀ ਹੈ, ਡਿਸਟ੍ਰੀਬਿਊਟਰ ਵੀ ਹੈ ਜੀ। ਅੱਛਾ, ਦੂਜੀ ਗੱਲ ਹੈ ਕਿ ਹਵਾਲਾ ਓਪਰੇਟਰਸ ਵੀ ਸਾਨੂੰ ਕੁਛ, ਜਿਹੜਾ ਕੈਸ਼ ਬਾਹਰ ਜਾਂਦਾ ਉਹ ਹਵਾਲਾ ਓਪਰੇਟਰਸ ਵੀ ਸਾਨੂੰ ਆਈਡੈਂਟੀਫਾਈ ਹੋ ਚੁੱਕੇ ਹਨ ਜੀ। ਹਾਂਜੀ, ਇਹ ਨਵਾਂ ਸ਼ਹਿਰ ਦੇ ਰਹਿਣ ਵਾਲਾ ਜੀ। ਨਹੀਂ, ਇਟ ਵਾਜ਼ ਆਊਟਸਾਈਡ ਜਲੰਧਰ ਜੀ। ਸਰ, ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਂਗ ਨਾਲ? ਨਹੀਂ, ਕੋਈ ਗੈਂਗ ਨਾਲ ਲਿੰਕ।